ਸ਼੍ਰੀਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ, ਉਮੀਦ ਕਰਦਾ ਸਾਰੇ ਤੁਸੀਂ ਠੀਕ ਹੋਵੋਗੇ। ਅੱਜ ਦੀ ਵੀਡੀਓ ਦਾ ਥੰਬਨੇਲ ਅਤੇ ਟਾਈਟਲ ਤੁਸੀਂ ਆਲਰੇਡੀ ਦੇਖ ਹੀ ਲਿਆ ਹੋਣਾ ਨਾ। ਅਤੇ ਅੱਜ ਅਸੀਂ ਜਾ ਰਹੇ ਹਾਂ ਪੋਲੈਂਡ, ਅਤੇ ਮਾਰਤਾ ਅਤੇ ਵਿਕਟੋਰੀਆ ਵੀ ਮੇਰੇ ਨਾਲ ਹੈਗੇ ਇੱਧਰ। ਅਤੇ ਅਸੀਂ ਪੋਲੈਂਡ ਅੱਜ ਬਾਈ ਏਅਰ ਨਹੀਂ ਜਾ ਰਹੇ, ਬਲਕਿ ਬਾਈ ਟ੍ਰੇਨ ਜਾ ਰਹੇ ਹਾਂ, ਟ੍ਰੇਨ ਰਾਹੀਂ ਜਾ ਰਹੇ ਹਾਂ। ਕਿਉਂਕਿ ਤੁਹਾਨੂੰ ਪਤਾ ਹੈ ਜਿਵੇਂ ਕਿ ਅਸੀਂ ਜਰਮਨ ਦੇ ਬਰਲਿਨ ਸ਼ਹਿਰ ਦੇ ਵਿੱਚ ਰਹਿੰਦੇ ਹਾਂ, ਤਾਂ ਸਾਡਾ ਬਰਲਿਨ ਸ਼ਹਿਰ ਹੈਗਾ ਆ ਪੋਲੈਂਡ ਦੇ ਬਾਰਡਰ ਦੇ ਕੋਲ ਪੈਂਦਾ ਆ। ਇੱਥੋਂ ਘੰਟਾ ਕੁ ਲੱਗਦਾ ਜੇ ਆਪਾਂ ਬਾਈ ਟ੍ਰੇਨ ਜਾਣਾ ਹੋਵੇ। ਅਤੇ ਬਾਕੀ ਆਪਣੀ ਟ੍ਰੇਨ ਦੀ ਵੇਟ ਕਰ ਰਹੇ ਹਾਂ, 5 ਮਿੰਟ ਤੱਕ ਆਪਣੀ ਟ੍ਰੇਨ ਹੈਗੀ ਆ। ਅਤੇ ਬਾਕੀ ਤੁਸੀਂ ਵੀਡੀਓ ਦੇ ਐਂਡ ਤੱਕ ਜ਼ਰੂਰ ਬਣੇ ਰਹੋ। ਅਤੇ ਟ੍ਰੇਨ ਵੀ ਆਪਣੀ ਇੱਧਰ ਆ ਗਈ ਆ ਹੁਣ। ਟ੍ਰੇਨ 'ਚ ਅਸੀਂ ਆ ਗਏ ਸੀਗੇ, ਅਤੇ ਟ੍ਰੇਨ ਚੱਲ ਵੀ ਪਈ ਹੈ ਹੁਣ। ਅਤੇ ਇੱਥੇ ਜਿਹੜੀ ਜਰਮਨ ਦੀ ਟ੍ਰੇਨਾਂ ਆ ਕਾਫੀ ਲਗਜ਼ਰੀ ਹੈਗੀਆਂ, ਤੁਸੀਂ ਦੇਖ ਰਹੇ ਹੋਣੇ ਆ, ਬਿਲਕੁਲ ਵੀ ਆਵਾਜ਼ ਨਹੀਂ ਹੈਗੀ। ਅਤੇ ਜਿਹੜੀ ਟ੍ਰੇਨ ਦੀ ਜੇ ਫੀਲਿੰਗ ਹੈ ਇੱਥੇ ਦੀ, ਕਿਸੇ ਜਹਾਜ਼ ਨਾਲੋਂ ਘੱਟ ਨਹੀਂ ਹੈਗੀ। ਇੱਥੇ ਅਸੀਂ ਪਹੁੰਚ ਗਏ ਹਾਂ, ਜਿਹੜਾ ਲਾਸਟ ਸਟੋਪ ਹੈਗਾ ਆ ਜਰਮਨ ਦਾ। ਅਤੇ ਮੌਸਮ ਕਾਫੀ ਵਧੀਆ ਸੀਗਾ ਜਦੋਂ ਅਸੀਂ ਤੋਏ ਹਾਂ ਆਪਣੇ ਸ਼ਹਿਰ ਤੋਂ। ਅਤੇ ਹੁਣ ਤੁਸੀਂ ਦੇਖੋ ਪਿੱਛੇ ਕਾਫੀ ਮੀਂਹ ਪੈਣ ਲੱਗ ਪਿਆ। ਇੱਥੇ ਮੌਸਮ ਦਾ ਕੋਈ ਪਤਾ ਨਹੀਂ ਲੱਗਦਾ ਹੈਗਾ ਕਿਹੜੇ ਵੇਲੇ ਚੇਂਜ ਹੋ ਜਾਣਾ ਹੈਗਾ ਆ। ਅਤੇ ਇੱਥੋਂ ਜਿਹੜਾ ਲਾਸਟ ਸਟੋਪ ਹੈਗਾ ਆ ਜਰਮਨ ਬਾਰਡਰ ਦਾ, ਇੱਥੋਂ ਆਪਾਂ ਨੂੰ ਬੱਸ ਲੈਣੀ ਪੈਣੀ ਆ। ਵੈਸੇ ਜਾਣ ਨੂੰ ਤਾਂ ਬਾਏ ਵੋਕ ਵੀ ਜਾ ਸਕਦੇ ਹਾਂ, ਪਰ ਬਾਏ ਵੋਕ ਹੁਣ ਮੀਂਹ ਪੈ ਰਿਹਾ ਕਾਫੀ, ਨਹੀਂ ਤਾਂ ਬਾਏ ਵੋਕ ਹੀ ਜਾਣਾ ਸੀ। ਸਾਡੀ ਸਲਾਹ ਸੀਗੀ ਪੈਦਲ ਹੀ ਜਾਵਾਂਗੇ ਜਦ ਤੱਕ ਬਾਰਡਰ ਹੈਗਾ ਆ ਜਰਮਨ ਦੇ ਪੋਲੈਂਡ ਦਾ। ਅਤੇ ਹੁਣ ਇੱਥੋਂ ਬੱਸ ਲਵਾਂਗੇ ਆਪਾਂ, ਬਾਹਰ ਨਿਕਲ ਕੇ ਸਟੇਸ਼ਨ ਤੋਂ ਬੱਸ ਫੜਦੇ ਹਾਂ, ਫਿਰ ਜਿਹੜੀ ਬੱਸ ਉਹ ਬਾਰਡਰ ਜਿਹੜਾ ਹੈਗਾ ਆ ਜਰਮਨ ਦੇ ਪੋਲੈਂਡ ਦਾ ਉੱਥੇ ਤੱਕ ਜਾਂਦੀ ਆ। ਉੱਥੋਂ ਬਾਅਦ ਆਪਾਂ ਪੈਦਲ ਚੱਲ ਕੇ ਕ੍ਰੋਸ ਕਰਾਂਗੇ ਬਾਰਡਰ। ਪਾਸੇ ਉੱਤਰ ਕੇ ਅਸੀਂ ਹੁਣ ਪੈਦਲ ਜਾ ਰਹੇ ਹਾਂ। ਸਾਹਮਣੇ ਸਾਡੇ ਬਿਲਕੁਲ ਹੈਗਾ ਆ ਬਾਰਡਰ ਏਰੀਆ, ਆ ਪੁਲ ਜਿਹਾ ਪੈਂਦਾ ਇੱਥੇ ਜਰਮਨ ਅਤੇ ਪੋਲੈਂਡ ਦੇ ਵਿਚਕਾਰ। ਅਤੇ ਇਹ ਕ੍ਰੋਸ ਕਰਕੇ ਆਪਾਂ ਪਰਲੇ ਪਾਸੇ ਪਹੁੰਚ ਜਾਵਾਂਗੇ। ਆ ਜਿਸ ਏਰੀਏ 'ਚ ਤੁਰ ਕੇ ਜਾ ਰਹੇ ਹਾਂ, ਅਤੇ ਇਹ ਜਰਮਨ ਦਾ ਅਖੀਰਲਾ ਪਾਰਟ ਹੀ ਆ ਸਮਝ ਲਓ। ਅਤੇ ਇੱਥੇ ਤੱਕ ਆਪਣਾ ਜਰਮਨ ਇੱਥੇ ਖਤਮ ਹੋ ਰਿਹਾ। ਪਿੱਛੇ ਵੈਸੇ ਮਾਮੇ ਵੀ ਖੜ੍ਹੇ ਆ, ਹੋਰ ਨਾ ਬੁਲਾਲ ਨੇ, ਕਹਿੰਦੇ ਕੀ ਕਰਦੇ ਹੋ ਭਾਈ ਇੱਥੇ। ਅਤੇ ਬਾਕੀ ਕੁਛ ਨਹੀਂ ਕਹਿੰਦੇ ਹੈ, ਉਹ ਜਸਟ ਖੜ੍ਹੇ ਆ ਸਿਕਿਉਰਿਟੀ ਵਾਸਤੇ। ਅਤੇ ਪਿਛਲੇ ਪਾਸੇ ਉੱਥੇ ਕਰੋਨਾ ਟੈਸਟ ਵੀ ਕਰਦੇ ਪਏ ਆ, ਜਿਹਨੇ ਕਿਸੇ ਨੇ ਕਰਾਉਣਾ ਹੋਵੇ ਕਰਾ ਵੀ ਸਕਦਾ ਆ। ਅਤੇ ਆਹ ਤੁਹਾਨੂੰ ਦਿਖਾਉਂਦਾ ਇੱਧਰਲੇ ਪਾਸੇ ਮੈਂ, ਜਿਹੜੇ ਇੱਥੇ ਆਹ ਨਦੀ ਜਾਂਦੀ ਆ ਪੋਲੈਂਡ ਅਤੇ ਜਰਮਨ ਦੇ ਵਿਚਕਾਰ ਜਿਹੜੀ ਬਣੀ ਹੋਈ ਆ, ਇਹੀ ਡਿਵਾਈਡ ਕਰਦੀ ਆ ਪੋਲੈਂਡ ਅਤੇ ਜਰਮਨ ਨੂੰ, ਤੁਹਾਨੂੰ ਦਿਖਾਉਂਦਾ ਮੈਂ। ਅਤੇ ਆਹ ਪਿਛਲੇ ਪਾਸੇ ਰਹਿ ਗਿਆ ਜਰਮਨ, ਅਤੇ ਆਹ ਗੱਬੇ ਬ੍ਰਿਜ ਹੈਗਾ ਆ ਬਣਿਆ ਹੋਇਆ, ਅਤੇ ਪੁਲ ਜਿਹਾ ਮਤਲਬ। ਅਤੇ ਇਹ ਪਾਰ ਕਰਕੇ ਆਪਾਂ ਪੋਲੈਂਡ ਵਾਲੇ ਪਾਸੇ ਪਹੁੰਚ ਜਾਣਾ ਆ। ਬਾਕੀ ਆਪਾਂ ਉੱਧਰ ਜਰਮਨ ਵਾਲਿਆਂ ਨੂੰ ਬਾਏ ਬਾਏ ਕਰਤੀ ਆ, ਮਿਲਾਂਗੇ ਜਰਮਨ ਵਾਲਿਆਂ ਨੂੰ। ਅਤੇ ਅੱਗੇ ਜਾ ਕੇ ਹੁਣ ਦੇਖਦੇ ਹਾਂ, ਇੱਥੇ ਤਾਂ ਕਿਸੇ ਨੇ ਪੁੱਛਿਆ ਨਹੀਂ ਹੈ ਵੀ ਹਾਂ ਵੀ ਕਿੱਥੇ ਨੂੰ ਚੱਲੇ ਹੋ ਕਿ ਨਹੀਂ। ਅਤੇ ਬਾਕੀ ਕਈ ਸੋਚ ਰਹੇ ਹੋਣੇ ਆ ਵੀ ਅਸੀਂ ਕਰੋਨਾ ਦੇ ਟਾਈਮ 'ਚ ਪੋਲੈਂਡ ਜਾ ਰਹੇ ਹਾਂ, ਅਤੇ ਚੱਕਰ ਐਂ ਆ ਵੀ ਹੁਣ ਜਿਹੜਾ ਕਰੋਨਾ ਕੇਸਿਸ ਆ ਘਟਣੇ ਸ਼ੁਰੂ ਹੋ ਗਏ ਆ ਇੱਥੇ, ਚਾਹੇ ਜਰਮਨ ਆ, ਚਾਹੇ ਪੋਲੈਂਡ ਆ, ਚਾਹੇ ਇਟਲੀ ਆ, ਚਾਹੇ ਸਪੇਨ ਆ। ਅਤੇ ਕਿਉਂਕਿ ਜਿਹੜਾ ਵੈਕਸੀਨ ਆ ਜ਼ਿਆਦਾ ਲੱਗਣ ਲੱਗ ਪਈ ਲੋਕਾਂ ਨੂੰ, ਅਤੇ ਕਰੋਨਾ ਦੇ ਕੇਸ ਘਟਣ ਲੱਗ ਪਏ ਆ,
ਪਹਿਲਾਂ ਤਾਂ ਬਾਰਡਰ ਸੀਲ ਕੀਤੇ ਹੋਏ ਸੀਗੇ ਹਰੇਕ ਯੂਰੋਪੀਅਨ ਕੰਟਰੀ ਨੇ, ਪਰ ਹੁਣ ਦੁਬਾਰਾ ਤੋਂ ਖੋਲ੍ਹ ਦਿੱਤੇ ਜਿਵੇਂ ਜਿਵੇਂ ਕੇਸ ਕੱਢੀ ਜਾਂਦੇ ਨਾ। ਹੁਣ ਅਸੀਂ ਪੋਲੈਂਡ ਵਾਲੇ ਪਾਸੇ ਆ ਗਏ ਹਾਂ, ਮਾਰ ਤਾਂ ਪੈਸੇ ਚੇਂਜ ਕਰਾਉਣ ਗਏ ਸੀਗੇ ਯੂਰੋ ਦੇ। ਕਿੰਨੇ ਮਿਲੇ ਆ? 889 200 ਯੂਰੋ ਦੇ 899 ਜਲੋਟੀ, ਕਿਉਂਕਿ ਇੱਥੇ ਜਿਹੜੀ ਕਰੰਸੀ ਹੈਗੀ ਆ ਪੋਲੈਂਡ ਦੀ ਉਹ ਜਲੋਟੀ ਚੱਲਦੀ ਹੈ ਅਤੇ ਜਰਮਨ ਵਾਲੇ ਪਾਸੇ ਯੂਰੋ ਚੱਲਦੇ ਨੇ। ਅਤੇ ਤੁਹਾਨੂੰ ਦਿਖਾਉਣਾ ਮੈਂ ਇੱਥੇ ਦੀ ਕਰੰਸੀ ਜਿਹੜੀ ਹੈਗੀ ਹੈ, ਮਾਰਤਾ ਦਿਖਾਈ ਜਰਾ ਇੱਕ ਨੋਟ ਆ ਹੈਗਾ ਆ, ਇਹ 200 ਜਲੋਟੀ ਆ, 50 ਯੂਰੋ ਦੇ 200 ਬਣ ਗਏ ਅਤੇ ਸਾਰਾ ਕੁਝ ਬਦਲ ਗਿਆ। ਇੱਧਰਲੇ ਪਾਸੇ ਆ ਗਏ, ਉੱਧਰੋਂ ਕ੍ਰੋਸ ਕਰਕੇ ਪੈਸੇ ਵੀ ਬਦਲ ਗਏ, ਭਾਸ਼ਾ ਵੀ ਬਦਲ ਗਈ। ਹੁਣ ਮਾਰਤਾ ਬੋਲੂਗੀ ਇੱਥੇ ਪੋਲਿਸ਼ ਹੈ, ਪੋਲਿਸ਼ ਭਾਸ਼ਾ ਬੋਲੂਗੀ। ਅਤੇ ਬਾਕੀ ਹੁਣ ਅਸੀਂ ਇੱਥੇ ਆਲਰੇਡੀ ਆਪਣਾ ਹੋਟਲ ਬੁੱਕ ਕਰਾ ਲਿਆ ਸੀਗਾ ਔਨਲਾਈਨ, ਅਤੇ ਮੇ ਬੀ ਵੇਅਰ ਇਜ਼ ਦੈਟ ਓਕੇ, ਹਾਓ ਲੌਂਗ ਟਾਈਮ ਨੀਡ? 10 ਮਿੰਟ। ਹਾਂ ਹਾਂ, 10 ਕੁ ਮਿੰਟ ਲੱਗਣੇ ਇੱਥੋਂ ਆਪਣੇ ਹੋਟਲ ਨੂੰ। ਅਤੇ ਪਹਿਲਾਂ ਆਪਾਂ ਹੋਟਲ ਚੱਲਦੇ ਹਾਂ, ਆਪਣਾ ਜੋ ਵੀ ਉੱਥੇ ਸਮਾਨ ਸਮੂਹ ਰੱਖ ਕੇ ਫਿਰ ਆਪਾਂ ਨਿਕਲਾਂਗੇ। ਥੋੜ੍ਹਾ ਬਹੁਤ ਬਾਹਰ ਤੁਹਾਨੂੰ ਦਿਖਾਊਂਗਾ ਮੈਂ ਪੋਲੈਂਡ। ਬਾਕੀ ਅਸੀਂ ਨਾ ਆਪਣੇ ਹੋਟਲ ਵੱਲ ਨੂੰ ਜਾ ਰਹੇ ਹਾਂ, ਅਤੇ ਆ ਪਿੱਛੇ ਨਾ ਇੱਕ ਰੈਸਟੋਰੈਂਟ ਸੀਗਾ ਅਤੇ ਦੁਕਾਨਾਂ ਵੀ ਸੀ ਪਿੱਛੇ, ਸ਼ੋਪ ਸੀ ਜਿੱਥੇ ਆਪਾਂ ਸ਼ੋਪਿੰਗ ਕਰਦੇ ਹਾਂ। ਅਤੇ ਇੱਧਰ ਆ ਕੇ ਕੀ ਦੇਖਿਆ ਵੀ ਜੇ ਆਪਾਂ ਕਿਤੇ ਵੀ ਰੈਸਟੋਰੈਂਟ ਦੇ ਬਾਹਰਲੇ ਪਾਸੇ ਖਾਣਾ ਆ ਜਾਂ ਈਵਨ ਅੰਦਰ ਵੀ ਖਾਣਾ ਜਾ ਕੇ, ਅਤੇ ਉਹ ਸਾਰਾ ਕੁਛ ਖੁੱਲ੍ਹ ਗਿਆ ਆ, ਅਤੇ ਮਾਸਕ ਪਾਉਣ ਦੀ ਵੀ ਲੋੜ ਨਹੀਂ ਹੈਗੀ ਰੈਸਟੋਰੈਂਟ ਅੰਦਰ ਜਾਣ ਦੇ ਲਈ। ਅਤੇ ਜਿਹੜੀਆਂ ਦੁਕਾਨਾਂ ਹੈਗੀਆਂ ਜਿੱਦਾਂ ਜਰਮਨ ਦੇ ਵੀ ਸਾਨੂੰ ਦੱਸਿਆ ਸੀਗਾ ਮੈਂ ਆਪਣੀ ਵੀਡੀਓ ਦੇ ਵਿੱਚ, ਪਹਿਲੀ ਗੱਲ ਤਾਂ ਆਪਾਂ ਨੂੰ ਕਰੋਨਾ ਟੈਸਟ ਕਰਾਉਣਾ ਪੈਂਦਾ ਆ, ਅਤੇ ਦੂਜਾ ਗੱਲ ਹਜੇ ਰੈਸਟੋਰੈਂਟ ਖੁੱਲ੍ਹੇ ਨਹੀਂ ਹੈਗੇ। ਮੇ ਬੀ ਆਹ ਵਾਲੇ ਹਫ਼ਤੇ ਆਉਣ ਵਾਲੇ ਦੇ ਵਿੱਚ ਬਾਹਰਲੇ ਪਾਸੇ ਖੁੱਲ੍ਹ ਜਾਣਗੇ, ਪਰ ਇੱਥੇ ਪੋਲੈਂਡ ਦੇ ਵਿੱਚ ਅੰਦਰ ਵੀ ਖੁੱਲ੍ਹ ਗਏ ਆ ਰੈਸਟੋਰੈਂਟ, ਬਾਹਰ ਵੀ ਆਪਾਂ ਅੰਦਰ ਵੀ ਬਹਿ ਸਕਦੇ ਹਾਂ ਬਾਹਰ ਵੀ ਬਹਿ ਸਕਦੇ ਹਾਂ, ਅਤੇ ਮਾਸਕ ਵੀ ਨਹੀਂ ਪਾਉਣਾ ਪੈਂਦਾ। ਅਤੇ ਦੂਜਾ ਆਪਾਂ ਜੇ ਆਪਾਂ ਕਿਸੇ ਦੁਕਾਨ ਦੇ ਵਿੱਚ ਜਾਣਾ ਆ, ਜੇ ਆਪਾਂ ਨੂੰ ਜਰਮਨ ਦੇ ਵਿੱਚ ਟੈਸਟ ਕਰਾਉਣਾ ਪੈਂਦਾ ਕਰੋਨਾ ਦਾ, ਇੱਥੇ ਉਹ ਸਿਸਟਮ ਨਹੀਂ ਹੈਗਾ। ਅਤੇ ਬਿਨਾਂ ਆਪਣਾ ਕਰੋਨਾ ਟੈਸਟ ਕਰਾਏ ਹੋਏ ਬਿਨਾਂ ਅਪੁਆਇੰਟਮੈਂਟ ਤੋਂ ਆਪਾਂ ਕਿਤੇ ਵੀ ਅੰਦਰ ਜਾ ਕੇ ਕਿਸੇ ਵੀ ਸ਼ੋਪ ਦੇ ਅੰਦਰ ਸ਼ੋਪਿੰਗ ਕਰ ਸਕਦੇ ਹਾਂ। ਅਤੇ ਬਾਕੀ ਜਿਹੜਾ ਮਾਸਕ ਹੈਗਾ ਆ ਸਾਡਾ ਜਰਮਨ ਦੇ ਪਾਸੇ, ਉੱਥੇ FPP2 ਮਾਸਕ ਤੁਸੀਂ ਦੇਖਦੇ ਹੋਣੇ ਆ ਨਾ, ਦੇਖਿਆ ਹੋਣਾ ਅੱਜ ਵੀ ਵੀਡੀਓ ਦੇ ਵਿੱਚ, ਆਹ ਮਾਸਕ ਯੂਜ਼ ਕਰਦੇ ਹਾਂ। ਇਹਨਾਂ ਨਾਲ ਸਾਹ ਆਉਣਾ ਵੀ ਬਾਵਾ ਔਖਾ ਹੋ ਜਾਂਦਾ ਕਈ ਵਾਰੀ, ਕਿਉਂਕਿ ਕਾਫੀ ਮੋਟਾ ਹੈਗਾ ਆ ਮਾਸਕ। ਪਰ ਇੱਥੇ ਪੋਲੈਂਡ ਦੇ ਵਿੱਚ ਬਲੂ ਮਾਸਕ ਯੂਜ਼ ਕਰ ਰਹੇ ਆ, ਚਾਹੇ ਉਹ ਟਰਾਂਸਪੋਰਟੇਸ਼ਨ ਹੈਗੀ ਆ, ਬੱਸਾਂ ਆ, ਟ੍ਰੇਨਾਂ ਆ, ਚਾਹੇ ਦੁਕਾਨਾਂ ਆ, ਜੇ ਲੋੜ ਹੈਗੀ ਆ ਕਿਸੇ ਵੀ ਤਾਂ ਉਹ ਬਲੂ ਮਾਸਕ ਲਾ ਕੇ ਜਾ ਸਕਦੇ ਆ। ਇਹ ਸਾਰੇ ਕੰਮ ਕਾਰ ਇੱਥੇ ਖੁੱਲ੍ਹ ਗਏ ਆ ਦੁਬਾਰਾ ਤੋਂ, ਕਾਫੀ ਚਹਿਲ ਪਹਿਲ ਆ ਹਰ ਇੱਕ ਦੁਕਾਨ ਦੇ ਵਿੱਚ, ਹਰ ਇੱਕ ਰੈਸਟੋਰੈਂਟ ਦੇ ਵਿੱਚ ਕਾਫੀ ਲੋਕ ਬਾਹਰ ਨੇ ਆਏ ਹੋਏ। ਚਲੋ ਕੋਈ ਤਾਂ ਵਧੀਆ ਚੀਜ਼ ਦੇਖਣ ਨੂੰ ਮਿਲੀ ਆਪਣੇ ਪੋਲੈਂਡ ਆ ਕੇ, ਆਪਣੇ ਸਹੁਰਿਆਂ ਦੇ ਸ਼ਹਿਰ ਆ ਕੇ ਪਹੁੰਚ ਗਏ ਆਪਣੇ ਹੋਟਲ। ਆਹ ਆਪਣਾ ਹੋਟਲ ਹੈਗਾ ਆ ਜਿੱਥੇ ਰੂਮ ਬੁੱਕ ਕਰਾਇਆ ਹੋਇਆ, ਚੱਲਦੇ ਹਾਂ ਆਪਾਂ ਇਹਦੇ ਅੰਦਰ। ਅਸੀਂ ਆਪਣੇ ਹੋਟਲ ਵਾਲੇ ਕਮਰੇ ਦੇ ਵਿੱਚ ਪਹੁੰਚ ਗਏ ਸੀਗੇ, ਹੁਣ ਥੋੜ੍ਹੀ ਦੇਰ ਤੱਕ ਆਪਾਂ ਬਾਹਰ ਵੀ ਚੱਲਾਂਗੇ, ਤੁਹਾਨੂੰ ਦਿਖਾਊਂਗਾ ਮੈਂ ਜਾ ਕੇ ਬਾਹਰ ਸ਼ੋਪਸ ਵਗੈਰਾ, ਆਪਾਂ ਰੈਸਟੋਰੈਂਟ ਦੇ ਵੀ ਚੱਲਾਂਗੇ। ਅਤੇ ਬਾਕੀ ਤੁਹਾਨੂੰ ਪ੍ਰਾਈਜ਼ ਵੀ ਦੱਸੂਗਾ ਕਿੰਨਾ ਪ੍ਰਾਈਜ਼ ਹੈਗਾ ਇੱਕ ਰਾਤ ਦਾ ਇੱਥੇ ਰਹਿਣ ਦਾ, ਪਰ ਜਰਮਨ ਨਾਲੋਂ ਕਾਫੀ ਸਸਤਾ ਹੈਗਾ ਆ ਇੱਥੇ। ਅਤੇ ਤੁਹਾਨੂੰ ਪਹਿਲਾਂ ਮੈਂ ਟੂਰ ਦਿੰਦਾ ਆਪਣੇ ਕਮਰੇ ਦਾ, ਕਿੱਦਾਂ ਦਾ ਲੱਗਦਾ ਸਾਡਾ ਹੋਟਲ ਵਾਲਾ ਕਮਰਾ। ਸਾਡੇ ਹੋਟਲ ਵਾਲੇ ਕਮਰੇ ਦੀ ਐਂਟਰੈਂਸ ਹੈਗੀ ਆ, ਜਿਹੜਾ ਦਰਵਾਜ਼ਾ ਆ ਫਲਿੱਪ ਕਰਕੇ ਕਾਰਡ ਨਾਲ ਖੁੱਲ੍ਹਦਾ ਆ, ਅਤੇ ਇਹਦੇ ਨਾਲ ਹੀ ਪਾਸੇ ਇੱਧਰਲੇ ਪਾਸੇ ਟੋਇਲਟ ਹੈਗੀ ਆ, ਨਾਲੇ ਬਾਥਰੂਮ ਹੈਗਾ ਅਟੈਚ, ਇਹ ਟੋਇਲਟ ਆ, ਇੱਧਰ ਸ਼ਾਵਰ ਲੈਣ ਹੈਗਾ ਆ, ਇੱਧਰ ਹੈ ਮੂੰਹ ਧੋਣ ਨੂੰ, ਡਰਾਇਰ ਵੀ ਹੈਗਾ ਵਿੱਚ ਇਹਦੇ। ਅਤੇ ਜੇ ਆਪਾਂ ਬਾਹਰ ਆਉਂਦੇ ਹਾਂ ਅਤੇ ਆਹ ਅਲਮਾਰੀ ਜੀ ਬਣੀ ਹੋਈ ਆ ਸਾਈਡ 'ਤੇ, ਅਤੇ ਇਹਦੇ ਵਿੱਚ ਆਪਾਂ ਕੱਪੜੇ ਵਗੈਰਾ ਟੰਗ ਸਕਦੇ ਹਾਂ, ਸਮਾਨ ਸਮੂਹ ਰੱਖਣ ਉਹਦੇ ਵਿੱਚ ਹੈਗੀ ਆ, ਇੱਦਾਂ ਇੱਧਰਲੇ ਪਾਸੇ ਆ। ਅਤੇ ਇਹਦੇ ਨਾਲ ਆਪਾਂ ਜੇ ਅੰਦਰ ਜਾਂਦੇ ਹਾਂ, ਆਹ 3 ਬੈੱਡ ਮਿਲੇ ਆਪਾਂ ਨੂੰ ਅਲੱਗ ਅਲੱਗ, ਕਿਉਂਕਿ ਅਸੀਂ 3 ਜਣੇ ਹੈਗੇ ਹਾਂ, ਵਿਕਟੋਰੀਆ, ਮਾਰਤਾ ਅਤੇ ਮੈਂ, ਅਸੀਂ 3 ਬੈੱਡ ਵਾਲਾ ਕਮਰਾ ਬੁੱਕ ਕਰਾਇਆ ਸੀਗਾ। ਇਹ ਕਾਫੀ ਸੋਹਣੇ ਬੈੱਡ ਆ, ਕਾਫੀ ਸੋਫਟ ਹੈਗੇ ਆ, ਅਤੇ ਇੱਦਾਂ ਦੀਦਾ ਕਮਰਾ। ਅਤੇ ਇੱਧਰਲੇ ਪਿਛਲੇ ਪਾਸੇ ਦੇ ਵਿੰਡੋ ਹੈਗੀਆਂ ਨੇ, ਕਿੱਦਾਂ ਦਿਖਾਉਣਾ ਇੱਧਰਲੇ ਪਾਸੇ ਮੈਂ, ਕਿੱਦਾਂ ਨਜ਼ਾਰਾ ਦੀਦਾ ਬਾਹਰਲੇ ਪਾਸੇ। ਆਹ ਪੋਲੈਂਡ ਦੇ ਘਰ ਆ, ਇੱਧਰ ਦੀ ਪਾਰਕਿੰਗ ਦੀ ਆ, ਬੈਕ ਸਾਈਡ ਵਾਲੀ ਹੈਗੀ ਆ,
ਅਤੇ ਇੱਧਰਲੇ ਪਾਸੇ ਆ ਸ਼ੀਟਿੰਗ ਵਾਲਾ ਆ, ਮੇਕਅਪ ਵਾਲਾ ਕੰਮ ਜਿਹਾ ਹੈਗਾ ਆ, ਫੋਨ ਵਗੈਰਾ ਜਾਂ ਆਪਾਂ ਕੋਈ ਚੀਜ਼ ਚਾਹੀਦੀ ਹੈ ਆਪਾਂ ਫੋਨ ਕਰਕੇ ਮੰਗਵਾ ਸਕਦੇ ਹਾਂ। ਅਤੇ ਇੱਧਰ ਆਹ ਵਾਈਫਾਈ ਵੀ ਫ੍ਰੀ ਵਿੱਚ ਹੈਗਾ ਆ, ਅਤੇ ਆਹ ਨੰਬਰ ਲਿਖੇ ਹੋਏ ਆ ਪੁਲਿਸ ਵਾਲੇ ਐਂਬੂਲੈਂਸ ਵਾਲੇ, ਜੇ ਆਪਾਂ ਨੂੰ ਕੋਈ ਲੋੜ ਪਵੇ ਤਾਂ। ਅਤੇ ਆ ਕੌਫੀ ਵਾਲੇ ਆ ਕਿ ਕੌਫੀ ਫ੍ਰੀ ਹੈ, ਬਿਲਕੁਲ ਕੌਫੀ ਦਾ ਕੋਈ ਪੈਸਾ ਨਹੀਂ ਹੈ, ਪਾਣੀ ਕੌਫੀ ਫ੍ਰੀ ਆ। ਅਤੇ ਛੋਟੀ ਜਿਹੀ ਫਰਿੱਜ ਦਿੱਤੀ ਸਾਨੂੰ ਇਹਦੇ ਨਾਲ ਇਹਨਾਂ ਨੇ, ਇਹਦੇ ਵਿੱਚ ਆਪਾਂ ਕੋਈ ਚੀਜ਼ ਰੱਖਣੀ ਹੋਵੇ ਠੰਡੀ ਕਰਨ ਵਾਸਤੇ ਉਹ ਰੱਖ ਸਕਦੇ ਹਾਂ। ਇੱਧਰ ਫਿਰ ਟੇਬਲ 'ਤੇ ਸੋਫਾ ਲੱਗਿਆ ਹੋਇਆ, ਚੇਅਰ ਲੱਗੀ ਹੋਈ ਆ ਖਾਣ ਪੀਣ ਵਾਸਤੇ, ਅਤੇ ਨਾਲ ਹੀ ਇੱਧਰ ਟੀ ਵੀ ਦਿੱਤਾ ਇਹਨਾਂ ਨੇ। ਅਤੇ ਬਾਕੀ ਜਿਹੜਾ ਇਹ ਰੂਮ ਦਾ ਜਿਹੜੀ ਕੋਸਟ ਹੈਗੀ ਆ, ਸਾਨੂੰ ਇੱਕ ਰਾਤ ਦੇ ਪਏ ਆ 65 ਯੂਰੋ। ਜੇ ਆਪਾਂ ਇੱਦਾਂ ਦਾ ਕਮਰਾ ਉਹ ਪਰਲੇ ਪਾਸੇ ਆਪਣੇ ਜਰਮਨ ਵਾਲੇ ਪਾਸੇ ਲੈਣਾ ਹੋਵੇ, ਉਹ ਘੱਟੋ ਘੱਟ ਵੀ ਸਾਨੂੰ ਪੈ ਜਾਂਦਾ ਆ 110 ਯੂਰੋ 120 ਯੂਰੋ ਦਾ। ਜੇ ਆਪਾਂ ਤਿੰਨ ਜਣੇ ਦਾ ਲੈਣਾ ਹੋਵੇ, ਲਾਈਕ ਆਪਾਂ ਫੈਮਿਲੀ ਹੈਗੇ ਹਾਂ, ਹਸਬੈਂਡ ਵਾਈਫ ਅਤੇ ਨਾਲ ਸਾਡਾ ਬੱਚਾ ਹੈਗਾ ਆ 9-10 ਸਾਲ ਦਾ, ਜਾਂ ਜਿੰਨੇ 15 ਸਾਲ ਦਾ ਵੀ ਆ, ਅਤੇ ਆਪਾਂ ਨੂੰ ਹੋਈ 100, 110, 120 ਦਾ ਪੈ ਜਾਂਦਾ ਹੈ। ਇਹ ਸਾਨੂੰ ਪਿਆ ਆ 65 ਯੂਰੋ ਦਾ, ਜਿਹੜੇ ਕਿ ਬਣਦੇ ਆ ਜਲੋਟੀ 'ਚ। ਕਿੰਨੇ ਬਣੇ ਮਰਦ? ਹਾਂ, 260 ਜਲੋਟੀ ਬਣੇ ਆ ਇੱਥੇ ਦੀ ਜਿਹੜੀ ਕਰੰਸੀ ਹੈਗੀ ਆ। ਅਤੇ ਸਾਨੂੰ ਇਹਦੇ ਵਿੱਚ ਬ੍ਰੇਕਫਾਸਟ ਹੈਗਾ ਆ ਫ੍ਰੀ ਆ, ਸੋ ਮੋਰਨਿੰਗ ਆਪਾਂ ਬ੍ਰੇਕਫਾਸਟ ਕਰ ਸਕਦੇ ਹਾਂ। ਬਾਕੀ ਜੇ ਆਪਾਂ ਨੂੰ ਕੋਈ ਲੋੜ ਹੈਗੀ ਹੈ ਕਿਸੇ ਚੀਜ਼ ਦੀ, ਅਤੇ ਉਹ ਆਪਾਂ ਕਾਲ ਕਰਕੇ ਇੱਥੇ ਮੰਗਾ ਸਕਦੇ ਹਾਂ, ਉਹਦੇ ਥੋੜ੍ਹੇ ਅਲੱਗ ਪੈਸੇ ਲੱਗਦੇ ਆ। ਹੋਟਲ ਵਿੱਚ ਥੋੜ੍ਹਾ ਬਹੁਤ ਫਰੈਸ਼ ਹੋਣ ਤੋਂ ਬਾਅਦ ਅਸੀਂ ਬਾਹਰ ਆ ਗਏ ਸੀਗੇ, ਅਤੇ ਹੁਣ ਚੱਲਾਂਗੇ। ਸਭ ਤੋਂ ਪਹਿਲਾਂ ਤਾਂ ਰੈਸਟੋਰੈਂਟ ਕੁਛ ਖਾਵਾਂ ਪੀਵਾਂਗੇ, ਕਿਉਂ ਭੁੱਖ ਬਹੁਤ ਜ਼ਿਆਦਾ ਲੱਗ ਰਹੀ ਆ। ਉਹ ਤੋਂ ਬਾਅਦ ਦੇਖਦੇ ਹਾਂ, ਆਪਾਂ ਥੋੜ੍ਹੀ ਬਹੁਤ ਸ਼ੋਪਿੰਗ ਵੀ ਕਰਾਂਗੇ, ਦੇਖਦੇ ਹਾਂ ਕੀ ਲੈਣਾ ਕੀ ਨਹੀਂ ਨਾ। ਅਤੇ ਪਹਿਲਾਂ ਸਭ ਤੋਂ ਪਹਿਲਾਂ ਦਾ ਜਿਹੜਾ ਕੰਮ ਆ ਖਾਣ ਵਾਲਾ ਕਰੀਏ, ਕਿਉਂਕਿ ਭੁੱਖ ਬਹੁਤ ਜ਼ਿਆਦਾ ਲੱਗ ਰਹੀ ਆ। ਜਿੰਕੂ ਹੈ, ਪੀਜ਼ਾ ਔਡਰ ਕੀਤਾ ਸੀ ਅਸੀਂ, ਅਤੇ ਹੁਣ ਥੋੜ੍ਹਾ ਜਿਹਾ ਆਸਰਾ ਜਿਹਾ ਹੋਇਆ ਖਾ ਪੀ ਕੇ। ਅਤੇ ਪੀਜ਼ਾ ਤਾਂ ਬਾਈ ਐਂਡ ਸੀਗਾ ਪੂਰਾ, ਇੱਦਾਂ ਦਾ ਪੀਜ਼ਾ ਮੈਂ ਬਹੁਤ ਦੇਰ ਬਾਅਦ ਖਾਧਾ ਆ। ਪੀਜ਼ਾ ਕਾਫੀ ਸਵਾਦ ਅਤੇ ਕਾਫੀ ਸੌਫਟ ਵੀ ਸੀਗਾ, ਨਜ਼ਾਰਾ ਆ ਗਿਆ ਪੀਜ਼ਾ ਖਾ ਕੇ ਮਾਰਦਾ ਹੈ ਨਾ। ਅਤੇ ਹੁਣ ਆਪਾਂ ਚੱਲਾਂਗੇ, ਦੇਖਦੇ ਹਾਂ ਕੁਛ ਮਾੜਾ ਮੋਟਾ ਸ਼ੋਪਿੰਗ ਕਰਨੀ ਹੈਗੀ ਆ, ਦੇਖਦੇ ਅੱਗੇ ਜਾ ਕੇ ਕੀ ਪਸੰਦ ਆਉਂਦਾ ਆਪਾਂ ਨੂੰ। ਮਾਸਕ ਲਾ ਲਈ ਹੁਣ ਚੱਲਦੇ ਆਪਾਂ ਅੰਦਰ। ਜਿਹੜਾ ਥੋੜ੍ਹਾ ਬਹੁਤ ਸਮਾਨ ਅਸੀਂ ਲੈਣਾ ਸੀਗਾ ਉਹ ਅਸੀਂ ਲੈ ਲਿਆ ਆ, ਸ਼ੋਪਿੰਗ ਕਰ ਲਈ ਆ ਥੋੜ੍ਹੀ ਬਹੁਤ। ਅਤੇ ਹੁਣ ਅਸੀਂ ਆ ਗਲੀਆਂ 'ਚ ਘੁੰਮ ਰਹੇ ਹਾਂ, ਰੋਡ 'ਤੇ ਘੁੰਮ ਰਹੇ ਹਾਂ ਪੋਲੈਂਡ ਦੇ। ਇਹ ਜਿਹੜਾ ਸ਼ਹਿਰ ਹੈਗਾ ਇਹਦਾ ਨਾਮ ਹੈਗਾ ਆ ਸੁਵਿਸਾ, ਜਿਹੜਾ ਕਿ ਬੋਰਡਰ ਏਰੀਏ 'ਤੇ ਪੈਂਦਾ ਆ ਪੋਲੈਂਡ ਅਤੇ ਜਰਮਨ ਦੇ। ਅਤੇ ਕਾਫੀ ਛੋਟਾ ਜਿਹਾ ਸ਼ਹਿਰ ਹੈਗਾ ਆ ਇਹ, ਇੱਥੇ ਕੁਛ ਇੰਨਾ ਦੇਖਣ ਵਾਲਾ ਨਹੀਂ ਹੈਗਾ। ਪਾਰਕ ਹੈਗੇ ਆ, ਘਰ ਘੁਰ ਹੈਗੇ ਆ, ਜਾਂ ਸ਼ੋਪਿੰਗ ਕਰਨ ਲਈ ਵਧੀਆ ਹੈਗਾ ਏਰੀਆ ਇਹ। ਛੋਟੀ ਸਿਟੀ ਹੋਣ ਕਾਰਨ ਇੱਥੇ ਕੋਈ ਹਿਸਟੋਰੀਕਲ ਪਲੇਸਿਸ ਜਾਂ ਫਿਰ ਹੋਰ ਕੋਈ ਬਿਲਡਿੰਗ ਵਗੈਰਾ ਜਾਂ ਫਿਰ ਹੋਰ ਕੋਈ ਮਿਊਜ਼ੀਅਮ ਵਗੈਰਾ ਦੇਖਣ ਨੂੰ ਨਹੀਂ ਹੈਗੇ। ਅਤੇ ਬਾਕੀ ਆਪਾਂ ਕੋਸ਼ਿਸ਼ ਕਰਾਂਗੇ ਕੱਲ੍ਹ ਵਾਲੀ ਵੀਡੀਓ 'ਚ, ਜਿਹੜੀ ਆਪਾਂ ਨੈਕਸਟ ਵੀਡੀਓ ਬਣਾਵਾਂਗੇ ਕੱਲ੍ਹ ਨੂੰ, ਅਤੇ ਕੁਛ ਮੈਂ ਕੋਸ਼ਿਸ਼ ਕਰੂੰਗਾ ਜੇ ਕੁਛ ਮੈਨੂੰ ਲੱਭ ਗਿਆ ਤੁਹਾਨੂੰ ਦਿਖਾਉਣ ਵਾਸਤੇ ਤਾਂ ਜ਼ਰੂਰ ਤੁਹਾਨੂੰ ਦਿਖਾਊਂਗਾ ਮੈਂ ਨਾ। ਅਤੇ ਹੁਣ ਅਸੀਂ ਜਾ ਰਹੇ ਹਾਂ ਆਪਣੇ ਹੋਟਲ ਦੇ ਵੱਲ ਨੂੰ। ਹਾਂਜੀ, ਅਸੀਂ ਬਾਹਰੋਂ ਘੁੰਮ ਘੁੰਮਾ ਕੇ ਆਪਣੇ ਹੋਟਲ ਵਾਲੇ ਕਮਰੇ ਵਿੱਚ ਆ ਗਏ ਸੀ ਦੁਬਾਰਾ, ਅਤੇ ਕਾਫੀ ਟਾਈਮ ਲੱਗ ਗਿਆ ਸਾਨੂੰ ਘੁੰਮਦਿਆਂ ਘੁੰਮਾਉਂਦਿਆਂ।
ਕਾਫੀ ਥਕਾਵਟ ਵੀ ਹੋ ਗਈ ਹੈ ਹੁਣ ਸ਼ਾਮ ਦੇ 7:30 ਹੋਏ ਆ ਪਰ ਹਜੇ ਵੀ ਇੱਥੇ ਦਿਨ ਹੈਗਾ ਤੁਹਾਨੂੰ ਦਿਖਾਉਣਾ ਦਿਲ ਪਾਸੇ ਮੈਂ ਦਿਨ ਚੜਿਆ ਵਾ ਹਜੇ ਵੀ ਬਾਹਰਲੇ ਪਾਸੇ ਅਤੇ ਬਾਕੀ ਵੀਡੀਓ ਨੂੰ ਅੱਜ ਜ਼ਿਆਦਾ ਲੰਬੀ ਨਹੀਂ ਕਰਾਂਗੇ ਆਪਾਂ ਅਤੇ ਵੀਡੀਓ ਦਾ ਆਪਾਂ ਇੱਥੇ ਹੀ ਕਰਦੇ ਹਾਂ ਬਾਕੀ ਜੇ ਤੁਹਾਨੂੰ ਅੱਜ ਦੀ ਵੀਡੀਓ ਸਾਡੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਬਾਕੀ ਤੁਹਾਨੂੰ ਲੱਗੇ ਤਾਂ ਸ਼ੇਅਰ ਵੀ ਕਰ ਦਿਓ ਅੱਗੇ ਆਪਣੇ ਯਾਰਾਂ ਦੋਸਤਾਂ ਨਾਲ ਮਿੱਤਰਾਂ ਨਾਲ ਅਤੇ ਜੇ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਅਤੇ ਬਾਕੀ ਆਪਾਂ ਮਿਲਦੇ ਹਾਂ ਜੀ ਨੈਕਸਟ ਬਲੌਗ ਦੇ ਵਿੱਚ ਕੱਲ੍ਹ ਨੂੰ ਨਵੇਂ ਬਲੌਗ ਵਿੱਚ ਮਿਲਾਂਗੇ ਅਤੇ ਤੁਹਾਨੂੰ ਦਿਖਾਊਂਗਾ ਜਿੱਥੇ ਜਿੱਥੇ ਆਪਾਂ ਹੋਰ ਜਗ੍ਹਾ 'ਤੇ ਜਾਵਾਂਗੇ ਤੁਹਾਨੂੰ ਦਿਖਾਊਂਗਾ ਉਹ ਵੀ ਮੈਂ ਅਗਲੀ ਵੀਡੀਓ ਦੇ ਵਿੱਚ ਬਾਕੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਤੁਹਾਡਾ ਸਾਡੀ ਵੀਡੀਓ ਦੇਖਣ ਦੇ ਲਈ ਬਹੁਤ ਜ਼ਿਆਦਾ ਧੰਨਵਾਦ ਜੀ।